ਮੁੰਬਈ ਪੁਲਿਸ ਦੇ ਇੰਸਪੈਕਟਰ ਸਚਿਨ ਵਾਜੇ ਨੇ ਹੀ ਰੱਖਿਆ ਸੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਸਕੋਰਪੀਓ ਗੱਡੀ ਦੇ ਵਿੱਚ ਧਮਕੀ ਭਰਿਆ ਖੱਤ ਜਿਸ ਦੇ ਵਿੱਚ ਮੁਕੇਸ਼ ਅੰਬਾਨੀ ਦੇ ਸਮੂਹ ਪਰਿਵਾਰ ਨੂੰ ਧਮਕੀ ਦਿੱਤੀ ਗਈ ਸੀ ਕਿ ਇਹ ਸਿਰਫ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਅਸੀਂ ਕੀ ਕੁਝ ਕਰਨ ਦੇ ਕਾਬਿਲਾਂ ਜੇ ਤੁਸੀਂ ਕਿਸਾਨੀ ਅੰਦੋਲਨ ਦੇ ਖਿਲਾਫ ਇਸੇ ਤਰ੍ਹਾਂ ਕਾਰਵਾਈਆਂ ਪਾਉਂਦੇ ਰਹੇ ਤਾਂ ਅਸੀਂ ਤੁਹਾਡੇ ਤੇ ਵੱਡਾ ਅਮਲਾ ਵੀ ਕਰ ਸਕਦੇ ਹਾਂ ਸੋ ਇਹ ਜਿਹੜਾ ਧਮਕੀ ਭਰਿਆ ਖੱਤ ਮੁਕੇਸ਼ ਅੰਬਾਨੀ ਦੇ ਘਰ ਤੋਂ ਕੁਝ ਦੂਰੀ ਤੇ ਇੱਕ ਸਕੋਰਪੀਓ ਗੱਡੀ ਦੇ ਵਿੱਚ ਬਰਾਮਦ ਹੋਇਆ ਸੀ ਇਸੇ ਗੱਡੀ ਦੇ ਵਿੱਚ ਅਸਲਾ ਵੀ ਬਰਾਮਦ ਹੋਇਆ ਸੀ ਜਿਸ ਤੋਂ ਬਾਅਦ ਮੁੰਬਈ ਪੁਲਿਸ ਨੂੰ ਹੱਥ ਪੈਰਾਂ ਦੀ ਪੈ ਗਈ ਸੀ ਹਾਲਾਂਕਿ ਕਈ ਦਿਨ ਇਸ ਮਾਮਲੇ ਦੇ ਉੱਤੇ ਕਾਰਵਾਈਆਂ ਚਲਦੀਆਂ ਰਹੀਆਂ ਪਰ ਕੋਈ ਪੁਖਤਾ ਕਾਰਵਾਈ ਕੋਈ ਪੁਖਤਾ ਖਬਰ ਸਾਹਮਣੇ ਨਹੀਂ ਆਈ ਪਰ ਹੁਣ NIA ਦੀ ਇਨਵੈਸਟੀਗੇਸ਼ਨ ਦੇ ਵਿੱਚ ਇਸ ਗੁੱਥੀ ਹੁਣ ਖੁੱਲਦੀ ਨਜ਼ਰ ਆ ਰਹੀ ਹੈ ਗੁੱਥੀ ਜਿਸ ਦੇ ਵਿੱਚ ਪਤਾ ਲੱਗ ਰਿਹਾ ਕਿ ਇਸ ਸਕੋਰਪੀਓ ਗੱਡੀ ਦੇ ਮਾਲਕ ਮਨਸੂਖ ਹੀਰੇਣ ਦੀ ਵੀ ਮੌਤ ਦੀ ਹੁਣ ਗੁੱਥੀ ਜਲਦੀ ਸੁਲਝ ਸਕਦੀ ਹੈ ਸਚਿਨ ਵਾਸੇ ਜੋ ਕਿ ਮੁੰਬਈ ਪੁਲਿਸ ਦੇ ਇੰਸਪੈਕਟਰ ਸੀ ਉਹਨਾਂ ਦੇ ਡਰਾਈਵਰ ਨੇ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਇਹ ਗੱਡੀ ਪਲਾਂਟ ਕੀਤੀ ਸੀ ਜਦੋਂ ਇਹ ਸਕੋਰਪਿਓ ਗੱਡੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਪਲਾਂਟ ਕੀਤੀ ਜਾਣੀ ਸੀ ਖੜੀ ਕੀਤੀ ਜਾਣੀ ਸੀ ਤਾਂ ਇਸ ਦੇ ਵਿੱਚ ਵਿਸਪੋਟਕ ਰੱਖੇ ਗਏ ਸੀ ਤੇ ਇਹ ਸਚਿਨਵਾਜ ਦੇ ਡਰਾਈਵਰ ਵੱਲੋਂ ਗੱਡੀ ਪਲਾਂਟ ਕੀਤੀ ਗਈ ਸੀ ਤੇ ਇਸ ਡਰਾਈਵਰ ਦੀ ਗੱਡੀ ਦੇ ਪਿੱਛੇ-ਪਿੱਛੇ ਇਨੋਵਾ ਦੇ ਵਿੱਚ ਸਚਿਨਵਾਜੇ ਖੁਦ ਆ ਰਹੇ ਸੀ ਤੇ ਉੱਥੋਂ ਜਦੋਂ ਗੱਡੀ ਪਲਾਂਟ ਹੋ ਜਾਂਦੀ ਹੈ ਅੰਬਾਨੀ ਪਰਿਵਾਰ ਦੇ ਘਰ ਦੇ ਬਾਹਰ ਤਾ ਡਰਾਈਵਰ ਨੂੰ ਲੈ ਕੇ ਨੋਵਾ ਦੇ ਵਿੱਚ ਫਰਾਰ ਹੋ ਜਾਂਦੇ ਨੇ ਫਿਰ ਮਲੁੰਦ ਨਾਕੇ ਤੋਂ ਇਹੀ ਨੋਵਾ ਕ੍ਰਾਸ ਕਰਦੀ ਹੈ ਪਰ ਫਿਰ ਮੁੜ ਕੇ ਵਾਪਸ ਆਉਂਦੀ ਹੈ ਤਾਂ ਇਸ ਗੱਡੀ ਦੀ ਨੋਵਾ ਦੀ ਨੰਬਰ ਪਲੇਟ ਜਿਹੜੀ ਬਦਲੀ ਹੁੰਦੀ ਹੈ ਸੋ ਬਦਲ ਕੇ ਨੰਬਰ ਪਲੇਟ ਨੋਵਾ ਮਲੁੰਦ ਨਾਕੇ ਤੋਂ ਮੁੜ ਵਾਪਸੀ ਕਰਦੀ ਹੈ ਜਿਸ ਦੇ ਵਿੱਚ ਹੁਣ ਸਚਿਨ ਵਾਜ਼ੇ ਬੈਠੇ ਹੁੰਦੇ ਨੇ ਸਚਿਨ ਵਾਜ਼ੇ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮੁੜ ਤੋਂ ਪਹੁੰਚਦੇ ਨੇ ਜਿੱਥੇ ਸਕੋਰਪਿਓ ਗੱਡੀ ਕੁਝ ਦਿਨ ਪਹਿਲਾਂ ਆਪਣੇ ਡਰਾਈਵਰ ਦੇ ਨਾਲ ਉਹ ਪਲਾਂਟ ਕਰਕੇ ਜਾਂਦੇ ਨੇ ਹੁਣ ਇਹ ਸਕੋਰਪਿਓ ਜਿਹੜੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਖੜੀ ਹੋਈ ਸੀ ਇਸ ਦੇ ਵਿੱਚ ਸਚਿਨ ਵਾਸੇ ਖੁਦ ਮੋੜ ਤੋਂ ਆ ਕੇ ਉਹ ਜਿਹੜਾ ਧਮਕੀ ਭਰਿਆ ਖੱਤ ਉਹ ਰੱਖਦੇ ਨੇ ਪਲਾਂਟ ਕਰਦੇ ਨੇ ਜਿਸ ਦੇ ਵਿੱਚ ਮੁਕੇਸ਼ ਅੰਬਾਨੀ ਦੇ ਸਮੂਹ ਪਰਿਵਾਰ ਨੂੰ ਧਮਕੀ ਦਿੱਤੀ ਹੋਈ ਸੀ ਸੋ ਵੱਡੀ ਕਾਰਵਾਈ ਵੱਡੀ ਖਬਰ ਇਸ ਵੇਲੇ ਅੰਜਾਮ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਕਾਰਵਾਈ ਦਾ ਜਿਹੜੀ ਕਿ ਐਨਆਈ ਟੀਮ ਇਨਵੈਸਟੀਗੇਟ ਕਰ ਰਹੀ ਹੈ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਚਿਨ ਵਾਸੇ ਨੇ ਖੁਦ ਹੀ ਇਸ ਸਕੋਰਪਿਓ ਗੱਡੀ ਦੇ ਵਿੱਚ ਧਮਕੀ ਭਰਿਆ ਖੱਤ ਪਲਾਂਟ ਕੀਤਾ ਸੀ ਤੇ ਹੁਣ ਜਿਹੜੀ ਆ ਗੁੱਥੀ ਜਿਹੜੀ ਆ ਮਨਸੂਖ ਹੇਰੇਣ ਦੇ ਕਤਲ ਦੀ ਵੀ ਜਲਦ ਹੀ ਸੁੱਲਝ ਸਕਦੀ ਹੈ। ਕਿਹਾ ਜਾ ਰਿਹਾ ਵੀ ਹੋ ਸਕਦਾ ਹੈ ਕਿ ਇੰਸਪੈਕਟਰ ਸਚਿਨ ਵਾਜੇ ਖੁਦ ਮਨਸੂਖ ਹੇਰੇਣ ਦੇ ਕਤਲ ਦੇ ਵਿੱਚ ਕਿਤੇ ਨਾ ਕਿਤੇ ਇਨਵੋਲਵ ਹੋ ਸਕਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਹੋਰ ਜਾਣਕਾਰੀ ਜਿਹੜੀ ਆ ਸਾਹਮਣੇ ਆ ਸਕਦੀ ਹੈ। ਕੁਝ ਡੀਵੀਆਰ ਜਿਹੜੀਆਂ ਪੁਲਿਸ ਕਾਰਵਾਈ ਦੇ ਵਿੱਚ ਜਿਹੜੀਆਂ ਗਾਇਬ ਪਾਈਆਂ ਗਈਆਂ ਸੀ ਜਿਹੜੀਆਂ ਕਿ ਡਿਲੀਟ ਕਰ ਦਿੱਤੀਆਂ ਗਈਆਂ ਸੀ ਫਾਈਲਾਂ ਉਹਨਾਂ ਦੇ ਵਿੱਚ ਵੀ ਹੁਣ ਇਹ ਕਿਹਾ ਜਾ ਰਿਹਾ ਵੀ ਐਨਆਈਏ ਵੱਲੋਂ ਕਿ ਸਚਿਨ ਵਾਜ਼ੇ ਜੋ ਕਿ ਖੁਦ ਇੱਕ ਇੰਸਪੈਕਟਰ ਸੀ ਉਹ ਇਸ ਸਾਰੇ ਮਾਮਲੇ ਦੇ ਵਿੱਚ ਜੁੜੇ ਹੋਣ ਕਰਕੇ ਹੀ ਇਹ ਸਾਫ਼ ਹੋ ਪਾਰ ਰਿਹਾ ਵੀ ਤਾਂ ਹੀ ਸ਼ਾਇਦ ਉਹ ਡੀਵੀਆਰ ਜਿਹੜੀਆਂ ਸੀ ਉਹ ਨਸ਼ਟ ਕਰ ਦਿੱਤੀਆਂ ਗਈਆਂ ਸੀ ਗਾਇਬ ਕਰ ਦਿੱਤੀਆਂ ਗਈਆਂ ਸੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਮਨਸੂਖ ਹੀਰੇਣ ਦੇ ਕਤਲ ਦੇ ਨਾਲ ਜਿਹੜੀ ਗੁੱਥੀ ਜੁੜੀ ਹੋਈ ਆ ਉਹ ਵੀ ਸੋਲਝ ਸਕਦੀ ਆ ਪਤਾ ਲੱਗ ਸਕੇਗਾ ਕੌਣ ਕੌਣ ਇਸ ਮਾਮਲੇ ਦੇ ਵਿੱਚ ਜੁੜਿਆ ਹੋਇਆ ਸੀ ਸੋ ਤੁਸੀਂ ਦਿਓ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਕੀ ਸਿਆਸਤ ਭਾਰੀ ਹੋ ਰਹੀ ਆ ਇਸ ਮਾਮਲੇ ਦੇ ਵਿੱਚ ਕੀ ਕਿਸਾਨੀ ਅੰਦੋਲਨ ਦੀ ਆੜ ਦੇ ਵਿੱਚ ਕੋਈ ਹੋਰ ਪਾਰਟੀ ਸਿਆਸਤ ਕਰ ਰਹੀ ਆ ਕਿਸ ਦੇ ਇਸ਼ਾਰੇ ਤੇ ਸਚਿਨ ਵਾਜੇ ਨੇ ਇਹ ਸਾਰੇ ਕਦਮ ਚੁੱਕੇ ਹੋਣਗੇ ਕਿ ਵਿਸਪੋਟਕ ਨਾਲ ਲੈਸ ਕੀਤੀ ਅੰਬਾਨੀ ਪਰਿਵਾਰ ਦੇ ਘਰ ਦੇ ਬਾਹਰ ਰੱਖੀ ਗਈ ਉਸ ਤੇ ਵਿੱਚ ਧਮਕੀ ਭਰਿਆ ਖੱਤ ਖੁਦ ਸਚਿਨ ਵਾਜੇ ਵੱਲੋਂ ਪਲਾਂਟ ਕੀਤਾ ਗਿਆ ਸੋ ਕੌਣ ਸਿਆਸਤ ਕਰ ਰਿਹਾ ਕਿਸ ਦੇ ਵੱਲੋਂ ਇਹ ਜਿਹੜੀ ਹੈ ਹਰਕਤ ਕੀਤੀ ਗਈ ਸੀ ਸਚਿਨ ਵਾਸੇ ਨੇ ਕਿਸ ਦੇ ਕਹਿਣ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਦਿਓ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਵਾਸਤੇ ਇਸੇ ਤਰ੍ਹਾਂ ਜੁੜੇ ਰਹੋ ਲਿਬਰਲ ਟੀਵੀ ਪੰਜਾਬੀ ਦੇ ਨਾਲ ਲੋਕਾਂ ਦੀ ਆਵਾਜ਼ ਲੋਕਾਂ ਲਈ